ਇਹ ਹਰ ਵਾਰੀ ਦਿੱਲੀ ਦਾ ਪੋਲੂਸ਼ਨ ਸਿਰਫ ਤੇ ਸਿਰਫ ਪੰਜਾਬ ਦੇ ਨਾਲ ਹੀ ਤੁਸੀਂ ਲਾਉਨੇ ਹੋਰ ਕੋਈ ਕੰਮ ਨਹੀਂ ਰਿਹਾ ਕਿ ਇਹ ਪੰਜਾਬ ਦਾ ਧੂਆ ਉੱਡ ਕੇ ਉੱਥੇ ਚਲ ਜਾਂਦਾ ਕਿ ਇਥੋਂ ਫਲਾਈਟ ਕੋਈ ਨਵੀਂ ਸ਼ੁਰੂ ਹੋਈ ਜੀ ਤੇ ਚੜ ਕੇ ਚਲ ਜਾਂਦਾ ਇਸ ਧੂਏ ਨਾਲ ਅੰਬਾਲਾ ਤੇ ਕੋਈ ਅਸਰ ਨਹੀਂ ਪੈਂਦਾ ਕਰਨਾਲ ਤੇ ਨਹੀਂ ਪੈਂਦਾ ਪਾਣੀਪਤ ਸੋਨੀਪਤ ਤੇ ਨਹੀਂ ਪੈਂਦਾ ਰੋहतक ਦੇ ਉੱਤੇ ਨਹੀਂ ਪੈਂਦਾ ਅਲਾਗੇ ਸਰਸਾ ਹਜ਼ਾਰ ਹਰਿਆਣੇ ਦੇ ਉਹਨਾਂ ਤੇ ਕੋਈ ਅਸਰ ਨਹੀਂ ਪੈਂਦਾ ਇਹ ਸਿੱਧਾ ਇੱਥੋਂ ਉੱਠਦਾ ਤੇ ਜਾ ਕੇ ਦਿੱਲੀ ਦੇ ਕਨਾਰਟ ਪਲੇਸ ਦੇ ਵਿੱਚ ਹੀ ਲੈਂਡ ਕਰਦਾ ਸਾਰਾ ਧੂਆ ਇਹ ਕੌਣ ਮਾਰ ਲੇਗਾ ਹਰ ਵਾਰੀ ਇਹ ਕਹਿ ਦੇਣਾ ਕਿ ਪੰਜਾਬ ਦਾ ਕਰਕੇ ਪ੍ਰਦੂਸ਼ਣ ਹੁੰਦਾ ਦਿੱਲੀ ਦਾ ਆਪਣਾ ਪ੍ਰਦੂਸ਼ਣ ਕਿੰਨਾ ਉਹ ਕੋਈ ਨਹੀਂ ਵੇਖਦੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਹਰ ਵਾਰੀ ਪੰਜਾਬ ਨੂੰ ਨਿਸ਼ਾਨੇ ਤੇ ਕਿਉਂ ਰੱਖਿਆ ਜਾਂਦਾ ਹੈ ਅਨੁਸਾਰ ਦਿੱਲੀ ਦੇ ਵਿੱਚ ਕਹਿੰਦੇ ਲਗਾਤਾਰ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ ਇਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਕਿਵੇਂ ਅੰਕ ਜੁੰਜੀਪੁਰੇ ਮਾਮਲੇ ਨੂੰ ਆ ਵੇਵੇਂ ਪੜਿਆ ਕਿ ਪੰਜਾਬ ਦੇ ਚੀਫ ਸਕੱਟਰੀ ਨੂੰ ਨੋਟਿਸ ਜਾਰੀ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਪਰਾਲੀ ਸਾੜਨ ਦਾ ਕੰਮ ਫੇਰ ਹੋ ਗਿਆ ਇਹ ਸ਼ੁਰੂ ਹੋ ਗਿਆ ਤੇ ਇਹ ਤੁਸੀਂ ਇਹਨੂੰ ਰੋਕੋ ਕਿਉਂਕਿ ਦਿੱਲੀ 'ਚ ਪ੍ਰਦੂਸ਼ਣ ਵੱਧ ਰਿਹਾ ਮੈਨੂੰ ਹੈਰਾਨੀ ਹੁੰਦੀ ਹੈ ਕਿ ਹਰ ਵਾਰੀ ਪੰਜਾਬ ਨੂੰ ਨਿਸ਼ਾਨੇ ਤੇ ਕਿਉਂ ਰੱਖ ਲਿਆ ਜਾਂਦਾ ਪਹਿਲੀ ਗੱਲ ਤਾਂ ਮੈਂ ਕਹਾਂ ਕਿ ਖਰੀ ਭਰੀ ਇਹ ਸੋਹਣੀ ਧਰਤੀ ਇਦਾਂ ਪਰਾਲੀਆਂ ਸਾੜ ਕੇ ਤੇ ਕਣਕ ਦਾ ਨਾੜ ਸਾੜ ਕੇ ਖਰਾਬ ਨਹੀਂ ਕਰਨੀ ਚਾਹੀਦੀ ਇਹਦੇ ਸਾੜਨ ਨਾਲ ਧਰਤੀ ਦਾ ਵੀ ਨੁਕਸਾਨ ਹੁੰਦਾ ਇੱਥੇ ਵੱਸਦੇ ਜੀਵਾਂ ਦਾ ਵੀ ਹੁੰਦਾ ਕਿਸਾਨ ਦੀਆਂ ਅਗਲੀਆਂ ਪੀੜ੍ਹੀਆਂ ਦਾ ਵੀ ਨੁਕਸਾਨ ਹੁੰਦਾ ਜਿਹੜੀ ਫਸਲ ਐਸ ਵਾਰੀ ਖਰਾਬ ਹੋਣੀ ਕੱਲੀ ਉਹ ਨਹੀਂ ਖਰਾਬ ਹੋਣੀ ਧਰਤੀ ਦਾ ਸਿਣਾ ਵੀ ਸੜਦਾ ਤੇ ਅਗਲੀਆਂ ਪੀੜ੍ਹੀਆਂ ਦਾ ਨੁਕਸਾਨ ਕਰੇਗੀ ਅਸੀਂ ਇਸ ਗੱਲ ਵਾਸਤੇ ਬੜੀ ਬਾਰ ਮੁਹਿੰਮ ਚਲਾਈ ਕਿ ਨਾ ਸਾੜੋ ਕਈ ਵਾਰੀ ਇਹਦੇ ਧੂਏ ਦੇ ਵਿੱਚ ਆਉਂਦੇ ਜਾਂਦੇ ਕੋਈ 3-ਵਿਲਰ ਫਸ ਗਿਆ ਇੱਕ ਵਾਰੀ ਬਾਬੇ ਬਕਾਲੇ ਤੇ ਮਹਿਤੇ ਚੌਕ ਦੇ ਵਿਚਾਲੇ ਹੋ ਗਿਆ ਸੀ ਉਹ ਜਿਹੜਾ 3-ਵਿਲਰ ਫਸਿਆ ਤੇ ਉਹਦੇ ਜਿਹੜੇ ਸਕੂਲ ਦੇ ਬੱਚੇ ਸੀ ਉਹ ਮਾਰੇ ਗਏ ਸੀ 3-ਵਿਲਰ ਧੂਏ ਵਿੱਚ ਹੀ ਉਲਟ ਗਿਆ ਸੀ ਇਦਾਂ ਕਈਆਂ ਥਾਵਾਂ ਤੇ ਘਾਰਾਂ ਤੇ ਮੋਟਰਸਾਈਕਲਾਂ ਵਾਲੇ ਇਸ ਧੂਏਂ 'ਚ ਸੜ ਕੇ ਮਰੇ ਆ। ਸੱਚ ਕੋਈ ਹੋ ਜੀਆਂ ਬਹੁਤ ਖਬਰਾਂ ਨੇ। ਅਸੀਂ ਹਮੇਸ਼ਾ ਇਹ ਬੇਨਤੀ ਕਰਦੇ ਰਹੇ ਪੰਜਾਬ ਦੇ ਕਿਸਾਨਾਂ ਨੂੰ ਕਿ ਤੁਸੀਂ ਕਣਕ ਦਾ ਨਾੜ ਤੇ ਝੋਨੇ ਦੀ ਪਰਾਲੀ ਸਾੜਨੀ ਬੰਦ ਕਰੋ। ਸਾਨੂੰ ਇਹ ਪਤਾ ਆ ਕਿ ਪੰਜਾਬ ਵਿੱਚ ਕੁਝ ਫੈਕਟਰੀਆਂ ਹੁਣ ਲੱਗੀਆਂ ਨੇ ਜਿਨ੍ਹਾਂ ਦੇ ਵਿੱਚ ਇਸ ਪਰਾਲੀ ਨੂੰ ਲਿਆ ਕੇ ਸੰਭਾਲਿਆ ਜਾਂਦਾ ਔਰ ਕਿਸਾਨਾਂ ਨੂੰ ਕੋਈ ਖੇਚਲ ਨਹੀਂ ਕਰਨੀ ਪੈਂਦੀ ਇਹਨਾਂ ਦੀਆਂ ਮਸ਼ੀਨਾਂ ਆਪ ਜਾਂਦੀਆਂ ਨੇ। ਪਰ ਉਹ ਸਾਰੇ ਹੱਥਾਂ ਵਿੱਚ ਤੇ ਇਹ ਪ੍ਰਬੰਧ ਨਹੀਂ ਹੋਣ ਲੱਗੇ। ਹੁਣ ਵਾਲੀ ਸਰਕਾਰ ਜਿਹੜੀ ਹੈ ਇਹਨਾਂ ਨੇ ਆਖਿਆ ਸੀ ਤੁਹਾਡੀ ਮਦਦ ਕਰਾਂਗੇ ਤੁਸੀਂ ਪਰਾਲੀ ਨਾ ਸਾੜੋ ਕਿਸਾਨਾਂ ਨੂੰ ਨਹੀਂ ਸਾੜਨੀ ਚਾਹੀਦੀ ਇਸ ਕੱਲੋ ਮੈਂ ਕਿਸਾਨ ਜਥੇਬੰਦੀਆਂ ਨੂੰ ਬੜੀ ਬਾਰੀ ਬੇਨਤੀ ਕੀਤੀ ਆ ਕਿ ਤੁਸੀਂ ਵੀ ਕਿਸਾਨਾਂ ਨੂੰ ਆਖੋ ਪਰ ਜਿੱਦਾਂ ਬੇਨਤੀ ਕਰਨੀ ਚਾਹੀਦੀ ਹੈ ਮਾੜਾ ਮੋਟਾ ਵਿਖਾਵੇ ਯੋਗੀ ਕਰਦੇ ਤੋਂ ਵੱਧ ਉਹਨਾਂ ਕਦੇ ਕਿਸੇ ਨੂੰ ਕੀਤੀ ਨਹੀਂ ਤੇ ਗਲਤ ਕਰਦੇ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿਸਾਨ ਨੂੰ ਕਿ ਤੁਸੀਂ ਇਹ ਕੰਮ ਨਾ ਕਰੋ ਬਲਕਿ ਪਿਛਲੀ ਵਾਰੀ ਤਾਂ ਹੋਇਆ ਇਹ ਸੀ ਕਿ ਕਿਸਾਨਾਂ ਦੀਆਂ ਦੋ ਤਿੰਨ ਜਥੇਬੰਦੀਆਂ ਨੇ ਕਹਿਤਾ ਸੀ ਅਸੀਂ ਕਿ ਉਹਨਾਂ ਸਾੜੋ ਤੁਸੀਂ ਵੇਖਾਂਗੇ ਕੌਣ ਕਰਦਾ ਇਦਾਂ ਦੇ ਦਬਕੇ ਮਾਰਨ ਤੱਕ ਵੀ ਚਲੀਆਂ ਗਈਆਂ ਸੀ ਉਹ ਟੰਗ ਠੀਕ ਨਹੀਂ ਅਸੀਂ ਇਸ ਪੱਖ ਤੋਂ ਇਹ ਸਮਝਦੇ ਆ ਕਿ ਪਰਾਲੀ ਪਰਾਲੀ ਨਹੀਂ ਸਾੜਨੀ ਚਾਹੀਦੀ ਕਣਕ ਦਾ ਨਾੜ ਨਹੀਂ ਸਾੜਨਾ ਚਾਹੀਦਾ ਪਰ ਦੂਸਰਾ ਪੱਖ ਹੈ ਕਿ ਹਰ ਵਾਰੀ ਦਿੱਲੀ ਦਾ ਪੋਲੂਸ਼ਨ ਸਿਰਫ ਤੇ ਸਿਰਫ ਪੰਜਾਬ ਦੇ ਨਾਲ ਹੀ ਤੁਸੀਂ ਲਾਉਣੇ ਹੋਰ ਕੋਈ ਕੰਮ ਨਹੀਂ ਰਿਹਾ ਗਿਆ ਇਹ ਪੰਜਾਬ ਦਾ ਧੂਆ ਉੱਡ ਕੇ ਉੱਥੇ ਚਲ ਜਾਂਦਾ ਕਿ ਇੱਥੋਂ ਫਲਾਈਟ ਕੋਈ ਨਵੇਂ ਸ਼ੁਰੂ ਹੋਈ ਜੀ ਤੇ ਚੜ੍ਹ ਕੇ ਚਲ ਜਾਂਦਾ ਇਸ ਧੂਏ ਨਾਲ ਅੰਮ੍ਰਿਤਸਰ ਤੇ ਕੋਈ ਅਸਰ ਨਹੀਂ ਪੈਂਦਾ ਕਰਨਾਲ ਤੇ ਨਹੀਂ ਪੈਂਦਾ ਪਾਣੀਪਤ ਸੋਨੀਪੱਤੇ ਨਹੀਂ ਪੈਂਦਾ ਰੋहतक ਦੇ ਉੱਤੇ ਨਹੀਂ ਪੈਂਦਾ। ਆ ਲਾਗੇ सिरसा ਹਜ਼ਾਰ ਹਰਿਆਣੇ ਦੇ ਉਹਨਾਂ ਤੇ ਕੋਈ ਅਸਰ ਨਹੀਂ ਪੈਂਦਾ। ਇਹ ਸਿੱਧਾ ਹੀ ਥੋੜ੍ਹਦਾ ਤੇ ਜਾ ਕੇ ਦਿੱਲੀ ਦੇ ਕਨਾਟ ਪਲੇਸ ਦੇ ਵਿੱਚ ਹੀ ਲੈਂਡ ਕਰਦਾ ਸਾਰਾ ਧੂਆਂ। ਇਹ ਕੌਣ ਮਾਰ ਲਿਆਗਾ? ਮੈਂ ਅੱਜ ਹੀ ਅਖਬਾਰਾਂ ਚ ਪੜ੍ਹਦਾ ਹਟਿਆ। 200 ਦੇ ਨੇੜੇ ਤੇੜੇ ਕਿਸਾਨਾਂ ਦੇ ਚਲਾਨ ਹਰਿਆਣੇ ਚ ਹੋਏ ਆ ਜਿਨ੍ਹਾਂ ਨੇ ਪਰਾਲੀ ਸਾੜੀ ਆ। ਐਥੇ ਇੱਕ ਕਿਸਾਨ ਦਾ ਚਲਾਨ ਹੋਵੇ ਤੇ 40 ਜਣੇ ਇਸ ਗੱਲ ਦਾ ਵਿਰੋਧ ਕਰਨ ਵਾਲੇ ਆਉਂਦੇ ਉੱਥੇ ਵਿਰੋਧ ਕਰਨ ਵਾਲਾ ਕੋਈ ਨਹੀਂ ਆਇਆ। ਪਰ ਦੂਜੀ ਗੱਲ ਵੀ ਹੈ ਕਿ ਇੰਨੇ ਧੜਾ ਧੜ ਚਲਾਨ ਹੋਣ ਦੇ ਬਾਵਜੂਦ ਉੱਥੇ ਕਿਸਾਨ ਪਰਾਲੀ ਸਾੜੀ ਜਾਂਦੇ ਆ ਦਿੱਲੀ ਦੇ ਨੇੜੇ ਕਰਾਲ ਰੋहतक ਅੰਬਾਲਾ ਜੇਂਦ ਗੁਆਣਾ ਇਹ ਨੇ ਕਿ ਪੰਜਾਬ ਜੋ ਦਿੱਲੀ ਦੇ ਬਹੁਤਾ ਨੇੜੇ ਆ ਹਰ ਵਾਰੀ ਇਹ ਕਹਦੇ ਨੇ ਕਿ ਪੰਜਾਬ ਦਾ ਕਰਕੇ ਪ੍ਰਦੂਸ਼ਣ ਹੁੰਦਾ ਦਿੱਲੀ ਦਾ ਆਪਣਾ ਪ੍ਰਦੂਸ਼ਣ ਕਿੰਨਾ ਉਹ ਕਿਉਂ ਨਹੀਂ ਵੇਖਦੇ ਬੇਬੁਹਾਰੇ ਬਿਨਾ ਕਿਸੇ ਲਗਾਮ ਤੋਂ ਉੱਥੇ ਜਿਹੜੀਆਂ ਉਹ ਸਾਰੀਆਂ ਹੁੰਦੀਆਂ ਨੇ ਬਿਲਡਿੰਗਾਂ ਚੱਲਦੀਆਂ ਨੇ ਆਏ ਪੰਜਾਬ ਦੇ ਵਿੱਚੋਂ ਪਰਾਲੀ ਦਾ ਤੇ ਤੁਸੀਂ ਕਹੋਗੇ 4 ਦਿਨ ਦੀ ਗੱਲ ਹੈ ਅਗੋ ਪੁੱਛੋ ਦਿੱਲੀ ਜਿਹੜੀ ਐਨੀ ਪੋਲਿਊਟਡ ਹੋਈ ਪਈ ਐ ਇੰਨਾ ਪ੍ਰਦੂਸ਼ਣ ਐ ਉੱਥੇ ਮੈਂ ਅੱਜ ਵੀ ਇੱਕ ਵਿਆਹ ਤੇ ਗਿਆ ਸੀ ਉੱਥੇ ਦਿੱਲੀ ਤੋਂ ਆਏ ਸੱਜਣਾਂ ਉਹਨਾਂ ਨੂੰ ਆਖਿਆ ਜੀ ਬਹੁਤ ਖੁਸ਼ੀ ਹੋਈ ਤੁਸੀਂ ਆਏ ਆ ਕਹਿੰਦੇ ਤੁਹਾਡੇ ਨਾਲੋਂ ਜ਼ਿਆਦਾ ਖੁਸ਼ੀ ਸਾਨੂੰ ਪੰਜਾਬ 'ਚ ਆ ਕੇ ਹੋਈ ਐ ਮੈਂ ਆਖਿਆ ਜੀ ਹਾਂ ਪੰਜਾਬ ਤੁਹਾਡਾ ਆਪਣਾ ਤੁਹਾਡੇ ਵੱਡੇ-ਵਡੇਰਾਂ ਦਾ ਇੱਥੋਂ ਤੁਸੀਂ ਦਿੱਲੀ ਗਿਆ ਸੀ ਇਸ ਕਰਕੇ ਆ ਕਹਿੰਦੇ ਨਹੀਂ ਜੀ ਦੂਜੀ ਗੱਲ ਦਿੱਲੀ ਦੇ ਵਿੱਚ 2 ਘੰਟੇ ਸ਼ਹਿਰ ਦੇ ਵਿੱਚੋਂ ਗੇੜਾ ਕੱਢੋ ਤੇ ਸਾਰੇ ਮੂੰਹ ਕાળા ਦਾ ਹਾਸੇ ਹੀ ਹੱਤ ਤੇ ਤੁਸੀਂ ਪੇਪਰ ਫੇਰਦੇ ਹੋ ਕਾਲਾ ਹੋ ਜਾਂਦਾ ਸਾਡੇ ਕਮੀਜ਼ ਦੇ ਕਾਲਰ ਕਾਲੇ ਹੋ ਜਾਂਦੇ ਆ ਸਾਡੀ ਹਾਲਤ ਹੈ ਤੇ ਮੈਂ ਕਹਾ ਪੰਜਾਬ ਕਹਿੰਦੇ ਪੰਜਾਬ ਦੇ ਵਿੱਚ ਇੱਕ ਲੁਧਿਆਣਾ ਤੇ ਇੱਕ ਮੰਡੀ ਗਵਿੰਦਗੜ ਇੱਥੇ ਆ ਕੇ ਥੋੜਾ ਜਿਹਾ ਅਸਰ ਮਹਿਸੂਸ ਹੁੰਦਾ ਬਾਕੀ ਸਾਰਾ ਪੰਜਾਬ ਸ਼ਾਂਤ ਪਈ ਹੈ ਜਿਹੜਾ ਪੰਜਾਬ ਇੰਨਾ ਸ਼ਾਂਤ ਹੈ ਕਿ ਦਿੱਲੀ ਦੇ ਲੋਕ ਇੱਥੇ ਆ ਕੇ ਰਾਹਤ ਮਹਿਸੂਸ ਕਰਦੇ ਆ ਉਹਨੂੰ ਇਸ ਗੱਲ ਲਈ ਦੋਸ਼ ਦੇਣਾ ਕਿ ਤੁਹਾਡਾ ਕਰਕੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਫੈਲਦਾ ਆ ਹੁਣੇ ਵੇਖੋ ਆ ਸੀਜ਼ਨ ਆ ਗਿਆ ਸੁਪਰੀਮ ਕੋਰਟ ਦਾ ਵੀ ਹੁਕਮ ਹੈ ਪਟਾਕੇ ਨਾ ਚਲਾਏ ਜਾਣ ਦਿੱਲੀ ਸਰਕਾਰ ਦਾ ਵੀ ਇਹ ਸਾਰੇ ਪਾਸਿਆਂ ਤੋਂ ਆ ਤੁਸੀਂ ਫਿਰ ਦਿੱਲੀ 'ਚ ਰੋਕ ਕੇ ਵਿਖਾਓ ਤੁਹਾਡੀ ਉੱਤੇ ਮੰਨਦਾ ਕੌਣ ਆ ਕਿਉਂਕਿ ਉੱਥੇ ਸਰਕਾਰ ਨਾਲ ਦੀ ਚੀਜ਼ ਹੀ ਕੋਈ ਨਹੀਂ ਕੇਂਦਰ ਸਰਕਾਰ ਨੇ ਫੈਸਲਾ ਕਰ ਦਿੱਤਾ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਉਹ ਸਿਰਫ ਇੱਕ ਪੇਪਰ ਵੇਟ ਹੋਵੇਗੀ ਕੇਜਰੀਵਾਲ ਤੁਰਿਆ ਫਿਰਦਾ ਉਹਦੇ ਨਾਂ ਨਾਲ ਮੁੱਖ ਮੰਤਰੀ ਲੱਗਾ ਪਰ ਉਹਦੇ ਅੱਖੇ ਇੱਕ ਚਿਪੜਾਸੀ ਵੀ ਨਹੀਂ ਦਫ਼ਤਰ ਚੋਂ ਬਦਲਿਆ ਜਾ ਸਕਦਾ ਉਹਦੇ ਆਪਣੇ ਦਫ਼ਤਰ ਦੇ ਵਿੱਚ ਜਿਹੜਾ ਸਵੇਰੇ ਉੱਠ ਕੇ ਤਾਲੇ ਖੋਲਣ ਵਾਲਾ ਕੁਰਸੀਆਂ ਮੇਜ਼ ਸਾਫ਼ ਕਰਨ ਵਾਲਾ ਉਹਨੂੰ ਵੀ ਕੇਜਰੀਵਾਲ ਬਦਲ ਨਹੀਂ ਸਕਦਾ ਉਹ ਸਾਰਾ ਕੋਈ ਦਿੱਲੀ ਦੇ ਲੈਫਟ ਹੈਂਡ ਗਵਰਨਰ ਦੇ ਜੁਮੇ ਆ ਜਦੋਂ ਤੇ ਕੋਈ ਪ੍ਰੋਜੈਕਟ ਬਣਨਾ ਹੁੰਦਾ ਉਦੋਂ ਦਿੱਲੀ ਕਮੇਟੀ ਕਹਿੰਦੀ ਆ ਸਾਨੂੰ ਦੇ ਦਿਓ ਨਵੀਂ ਦਿੱਲੀ ਕਮੇਟੀ ਕਹਿੰਦੀ ਸਾਨੂੰ ਦੇ ਦਿਓ ਦਿੱਲੀ ਡਿਵੈਲਪਮੈਂਟ ਅਥਾਰਟੀ ਕਹਿੰਦੀ ਸਾਨੂੰ ਦੇ ਦਿਓ ਜਿਹਾਂ ਕੋ ਪ੍ਰਦੂਸ਼ਣ ਤੇ ਦਿੱਲੀ ਕਮੇਟੀ ਕਹਿੰਦੀ ਆ ਨਵੀਂ ਦਿੱਲੀ ਕਮੇਟੀ ਆ ਦਾ ਕੰਮ ਹੋ ਨਵੀਂ ਦਿੱਲੀ ਕਮੇਟੀ ਵਾਲੇ ਕਹਿੰਦੇ ਦਿੱਲੀ ਆ ਦਾ ਕੰਮ ਹੋ ਤੇ ਜਿਹੜੇ ਦਿੱਲੀ ਡਿਵੈਲਪਮੈਂਟ ਅਥਾਰਟੀ ਉਹ ਕੋਈ ਜ਼ਿੰਮੇਵਾਰੀ ਲੈਂਦੀ ਨਹੀਂ ਉਥੇ ਪੰਜੀਤੀ ਸਰਕਾਰਾਂ ਛੋਟੇ ਦੇ ਸ਼ਹਿਰ ਚ ਹੀ ਚੱਲੀ ਜਾਂਦੀਆਂ ਨੇ ਇੱਕ ਦਿੱਲੀ ਦੀ ਸਰਕਾਰ ਹੈ ਇਹਦੇ ਉਥੇ ਤਿੰਨ ਜਾਂ ਚਾਰ ਮੀਂਸਪਲ ਕਮੇਟੀਆਂ ਨੇ ਉਹ ਆਪਣੇ ਤਰ ਤੇ ਚੱਲੀ ਜਾਂਦੀਆਂ ਨੇ ਫਿਰ ਲੈਫਟ ਹੈਂਡ ਗਵਰਨਰ ਦਾ ਹੁਕਮ ਚੱਲਣਾ ਕਿ ਮੁੱਖ ਮੰਤਰੀਆ ਚੱਲਣਾ ਵਾੜੇ ਦਾ ਤੁਹਾਡੇ ਆਪਣੇ ਤੋਂ ਸਾਹਮਣੇ ਨਹੀਂ ਜਾਂਦੇ ਦਿੱਲੀ ਦੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਪੰਜਾਬ ਦੀ ਜਿਹੜੀ ਲੋਕਾਂ ਚੁਣੀ ਸਰਕਾਰ ਹੈ ਉਹਨੂੰ ਤੁਸੀਂ ਛਿਕੂਲ ਬੰਦ ਕੀਤਾ ਪਿਆ ਤੇ ਇਸ ਕਰਕੇ ਜਿਹੜੀਆਂ ਉੱਥੋਂ ਦੀਆਂ ਸਮੱਸਿਆਵਾਂ ਉਹ ਪੰਜਾਬ ਦੇ ਸਿਰ ਤੇ ਲੱਦਣ ਦੀ ਜਿਹੜੀ ਕੋਸ਼ਿਸ਼ ਆ ਉਹ ਗਲਤ ਹੈ ਇਸ ਹੱਦ ਤੱਕ ਪੰਜਾਬ ਨਾਲ ਵਿਰੋਧ ਨਹੀਂ ਚਾਹੀਦਾ ਕਿ ਜੋ ਵੀ ਕੁਝ ਹੋ ਗਿਆ ਹਰ ਇੱਕ ਗੱਲ ਪੰਜਾਬ ਦੇ ਜਿੰਮੇ ਪਾਈ ਜੋ ਪੰਜਾਬ ਨੇ ਆ ਕਰਤਾ ਪੰਜਾਬ ਨੇ ਉਹ ਕਰਤਾ ਪੰਜਾਬ ਨੇ ਉਹ ਕਰਤਾ ਕਦੇ ਪੰਜਾਬ ਨੇ ਕੋਈ ਚੰਗਾ ਵੀ ਕੀਤਾ ਤੁਹਾਨੂੰ ਜਾਂਦਾ ਕਿ ਨਹੀਂ ਜਾਂਦਾ ਕਿ ਸਿਰ ਪੰਜਾਬ ਦੇ ਸਿਰ ਦੇ ਉੱਤੇ ਬਰਿਆਈ ਪੜਦੀ ਲੱਲੀ ਆ ਇਹ ਤਾਂ ਗਲਤ ਹੈ ਔਰ ਉਥੋਂ ਦਾ ਮੀਡੀਆ ਵਿੱਚ ਜਿਸ ਤਰ੍ਹਾਂ ਲਗਾਤਾਰ ਹਰ ਵਾਰੀ ਪੰਜਾਬ ਨੂੰ ਦੋਸ਼ੀ ਠਰਾਉਦਾ ਉਹ ਵੀ ਗਲਤ ਹੈ ਨਾਲ ਮੈਂ ਪੰਜਾਬ ਦੇ ਕਿਸਾਨਾਂ ਨੂੰ ਆਖੂਗਾ ਕਿ ਤੁਹਾਡਾ ਪਲਾਇਸ ਗੱਲ ਤੇ ਪਰਾਲੀ ਸਾੜਨੀ ਬੰਦ ਕਰੋ ਨਾਲ ਸਾੜਿਆ ਕਰੋ ਜੋ ਤੁਸੀਂ ਕਰਦੇ ਪਏ ਗਲਤ ਹੈ ਇਹਦਾ ਤੁਹਾਡਾ ਨੁਕਸਾਨ ਹੋਊਗਾ